ਵਿਊਅਰਸ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੀ ਪਹਿਲੀ ਈਮੇਲ ਆਈ ਹੈ ਫ੍ਰੀਮੌਂਟ ਕੈਲੀਫੋਰਨੀਆ ਤੋਂ ਸਰਦਾਰ ਕਰਨੈਲ ਸਿੰਘ ਖਾਲਸਾ ਜੀ ਦੀ ਇਹ ਲਿਖਦੇ ਹਨ ਵੀਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ TV84 ਨੇ ਖਾਲਿਸਤਾਨ ਦੇ ਪ੍ਰਚਾਰ ਅਤੇ ਗਿਆਨ ਚ ਬਹੁਤ ਵਾਧਾ ਕੀਤਾ ਹੈ ਇਹ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਦਾਸ ਦੀ ਜ਼ਿੰਦਗੀ ਦਾ ਪਹਿਲਾ ਅਤੇ ਆਖਰੀ ਮੁੱਦਾ ਖਾਲਿਸਤਾਨ ਦੀ ਪ੍ਰਾਪਤੀ ਹੀ ਹੈ ਇਸ ਵਿੱਚ ਜਿਹੜੀ ਮੁਸ਼ਕਿਲ ਅਤੇ ਰੁਕਾਵਟ ਦੀ ਗੱਲ ਹੈ ਉਹ ਇਹ ਹੈ ਕਿ ਇਹ ਕੌਮ ਦਾ ਟੀਮ ਵਰਕ ਹੈ ਕੌਮ ਅਤੇ ਟੀਮ ਤੀਲਾ ਤੀਲਾ ਹੋਈ ਪਈ ਹੈ ਯੋਜਨਾਬੰਦ ਤਰੀਕੇ ਨਾਲ ਕੁਝ ਨਹੀਂ ਹੋ ਰਿਹਾ ਅਗਰ ਇਹ ਇੱਕ ਬੰਦੇ ਦੇ ਕਰਨ ਦਾ ਕੰਮ ਹੁੰਦਾ ਤਾਂ ਯਕੀਨ ਮੰਨੋ ਦਾਸ ਇਹ ਕੰਮ ਕਰਕੇ ਹੀ ਰੋਟੀ ਖਾਂਦਾ ਮੇਰੀ ਤੁਹਾਨੂੰ ਫਿਰ ਬੇਨਤੀ ਹੈ ਕਿ ਕੌਮ ਦੀ ਗੱਲ ਅੱਗੇ ਤੋਰਨ ਲਈ ਪੂਰੇ ਸੰਸਾਰ ਚੋਂ ਕਮਿਟਡ ਸਿੰਘਣੀਆਂ ਦੀ ਭਰਤੀ ਸ਼ੁਰੂ ਕਰੋ ਜੀ ਕਮਿਟਡ ਸੋਰੀ ਪਹਿਲਾਂ 100 ਫਿਰ 500 ਫਿਰ 1000 ਆਦਿ ਕਿਉਂਕਿ ਤੁਹਾਡਾ ਸਰਕਲ ਬਹੁਤ ਵੱਡਾ ਹੈ ਅਤੇ ਵਾਹਿਗੁਰੂ ਕਿਰਪਾ ਕਰਨ ਨਾਲ ਤੁਹਾਡੇ 'ਚ ਯੋਗਤਾ ਵੀ ਬਹੁਤ ਹੈ ਵਾਹਿਗੁਰੂ ਦਾ ਨਾਂ ਲੈ ਕੇ ਸ਼ੁਰੂ ਕਰ ਦਿਓ ਜੀ ਦਾਸ ਤੁਹਾਡੇ ਨਾਲ ਖੜੇਗਾ 10 ਸੇਵਾਦਾਰ ਮੇਰੇ ਦੋਸਤ ਦੇਵਾਂਗਾ ਜੀ ਅਤੇ ਫੰਡ ਵੀ ਦੇਵਾਂਗਾ ਜੀ ਨਾਲੇ ਸਾਡੇ ਦੋਸਤਾਂ ਦੀ ਪਰਖ ਵੀ ਹੋ ਜਾਵੇਗੀ ਜੀ ਭਰਤੀ ਕੀਤੇ ਸੇਵਾਦਾਰਾਂ ਦੇ ਦਸਵੰਧ ਨਾਲ ਅਸੀਂ ਕੌਮੀ ਮੀਡੀਆ ਅਖਬਾਰ ਰੇਡੀਓ ਟੀਵੀ ਆਦਿ ਸ਼ੁਰੂ ਕਰ ਸਕਦੇ ਹਾਂ ਜਾਂ ਚੱਲ ਰਿਹਾ ਨੂੰ ਗੋਦ ਲੈ ਸਕਦੇ ਹਾਂ ਮੇਰੇ ਖਿਆਲ 'ਚ ਸਿੱਖ ਕੌਮ ਦਾ ਸਾਰਾ ਧਾਰਮਿਕ ਰਾਜਨੀਤਿਕ ਵਿਦਿਅਕ ਸੱਭਿਆਚਾਰਕ ਆਰਥਿਕ ਆਦਿ ਸਿਸਟਮ ਸਾਨੂੰ ਗੁਰਮਤ ਅਨੁਸਾਰ ਲਿਖਤ ਵਿੱਚ ਕਰਕੇ ਉਸਦਾ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਉਸ ਅਨੁਸਾਰ ਚੱਲਣਾ ਅਤੇ ਜਿਉਣਾ ਚਾਹੀਦਾ ਹੈ ਮੇਰੀ ਆਤਮਾ ਕਹਿੰਦੀ ਹੈ ਕਿ ਇਹ ਹੋ ਸਕਦਾ ਹੈ ਬਾਕੀ ਫਿਰ ਸਹੀ ਧੰਨਵਾਦ ਜੀ ਜੀ ਡਾਕਟਰ ਸਾਹਿਬ ਸਰਦਾਰ ਕਰਨੈਲ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਔਰ ਜਿਵੇਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਮਨੋਰਥ ਖਾਲਿਸਤਾਨ ਦੀ ਪ੍ਰਾਪਤੀ ਲਈ ਹੀ ਸੋਚਣਾ ਉਹ ਸਾਹ ਵੀ ਖਾਲਿਸਤਾਨ 'ਚ ਲੈਂਦੇ ਨੇ ਜਿਉਂਦੇ ਵੀ ਉਹਨਾਂ ਦਾ ਜਿਹੜਾ ਟਰੱਕ ਹੈ ਪਿੱਛੇ ਉਹਦੇ 'ਤੇ ਵੀ ਖਾਲਿਸਤਾਨ ਵੱਡਾ ਲਿਖਿਆ ਹੋਇਆ ਔਰ ਉਹ ਬੜੇ ਹਰ ਕੋਈ ਉਹਨਾਂ ਨੇ ਔਰ ਜਿਹੜੀ ਮੈਨੂੰ ਉਹਨਾਂ 'ਚ ਬਹੁਤ ਚੰਗੀ ਗੱਲ ਲੱਗਦੀ ਹੈ ਕਿਉਂਕਿ ਮੇਰਾ ਪਹਿਲਾ ਸੰਪਰਕ ਉਹਨਾਂ ਨਾਲ 90ਵਿਆਂ ਦੇ ਵਿੱਚ ਹੀ ਹੋਇਆ ਜਦੋਂ ਮੈਂ ਕੈਲੀਫੋਰਨੀਆ ਦੇ ਫ੍ਰੀਮੌਂਟ ਏਰੀਆ 'ਚ ਰਹਿੰਦਾ ਸੀ ਜੀ ਔਰ ਉਹਨਾਂ ਦਿਨਾਂ 'ਚ ਹੀ ਸ਼ਾਇਦ 93 ਦੇ ਵਿੱਚ ਡਾਕਟਰ ਸਿੰਥੀਆ ਜਿਨ੍ਹਾਂ ਦੇ ਨਾਲ ਅਸੀਂ ਬੁੱਕ ਪ੍ਰੋਜੈਕਟ 'ਤੇ ਉਹਨਾਂ ਨੂੰ ਅਸਿਸਟ ਕਰਨਾ ਸ਼ੁਰੂ ਕੀਤਾ ਫਾਈਟਿੰਗ ਫੋਰ ਫੇਥ ਐਂਡ ਨੇਸ਼ਨ ਡਾਇਲੋਗਸ ਵਿਦ ਸਿੱਖ ਮਿਲੀਟੈਂਟਸ ਸੋ ਉਸ ਪੀਰੀਅਡ 'ਚ ਅਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਇੰਟਰਵਿਊ ਵੀ ਕੀਤਾ ਫ੍ਰੀਮੌਂਟ ਗੁਰਦੁਆਰਾ ਸਾਹਿਬ ਵੀ ਮਿਲੇ ਔਰ ਉਹਨਾਂ ਦੀ ਫੋਟੋ ਵੀ ਉਸ ਕਿਤਾਬ ਦੇ ਵਿੱਚ ਹੈ ਸੋ ਉਸ ਤੋਂ ਬਾਅਦ ਮੈਂ ਲਗਾਤਾਰਤਾ ਨਾਲ ਦੇਖਦਾ ਕਿ ਇਹਨਾਂ ਨੇ ਗੁਰਮਤਿ ਪ੍ਰਚਾਰ ਲਈ ਜਿਹੜਾ ਗੁਰਮਤਿ ਲਿਟਰੇਚਰ ਦਾ ਸਟਾਲ ਲਾ ਕੇ ਜਿਹੜਾ ਔਰ ਪੰਜਾਬ 'ਚ ਵੀ ਜਿਹਨੇ ਵੀ ਕੋਈ ਪੰਥਕ ਚੜ੍ਹਦੀ ਕਲਾ ਦੇ ਲਈ ਪ੍ਰੋਗਰਾਮ ਉਲੀਕਿਆ ਹੈ ਹਮੇਸ਼ਾ ਜਿਹੜੇ ਨੇ ਜਾ ਕੇ ਨਾਲ ਖਲੋਤੇ ਲੇਕਿਨ ਕਈ ਵਾਰ ਨਿਰਾਸ਼ਤਾ ਵੀ ਹੁੰਦੀ ਹੈ ਕਿਉਂਕਿ ਤੁਸੀਂ ਇੱਕ ਤੋਂ ਬਾਅਦ ਇੱਕ ਜਦੋਂ ਕਈਆਂ ਨੂੰ ਪਰਖਦੇ ਵੀ ਹੋ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੀ ਭਾਵਨਾ ਜਿਹੜੀ ਹੈ ਉਹ ਨਿਰੋਲ ਪੰਥਕ ਹੈ ਔਰ ਪੰਥਕ ਏਜੰਡੇ ਦੇ ਥੱਲੇ ਹੀ ਇਹ ਜਿਸ ਨਾਲ ਵੀ ਜਿਹੜਾ ਵੀ ਕੋਈ ਪੰਥ ਦੀ ਗੱਲ ਕਰਦਾ ਹੈ ਉਸ ਦੇ ਨਾਲ ਖਲੋਂਦੇ ਨੇ ਮੇਰੀ ਲਾਸਟ ਵਿਜ਼ਿਟ ਵੇਲੇ ਇਸ ਵਾਰ ਨਹੀਂ ਇਸ ਵਾਰ ਵੀ ਉਹਨਾਂ ਦੀ ਕਾਲ ਸੀ ਉਹਨਾਂ ਨੇ ਮਿਲਣਾ ਸੀ ਮਿਲਿਆ ਨਹੀਂ ਪਰ ਉਸ ਤੋਂ ਪਹਿਲਾਂ ਮਿਲ ਕੇ ਵੀ ਇਹਨਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਜੋ ਇਹਨਾਂ ਦੇ ਵਿਚਾਰ ਨੇ ਜਿਵੇਂ ਉਹਨਾਂ ਨੇ ਇਹ ਗੱਲ ਬੜੀ ਸਪਸ਼ਟਤਾ ਨਾਲ ਕਹੀ ਹੈ ਵੀ ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈ ਇਹ ਟੀਮ ਵਰਕ ਹੈ ਜੀ ਔਰ ਚਲੋ ਉਹਨਾਂ ਨੂੰ ਸਾਡੀ ਯੋਗਤਾ 'ਤੇ ਜਾਂ ਸਾਡੇ ਸਰਕਲ 'ਤੇ ਭਰੋਸਾ ਮੈਂ ਸਮਝਦਾ ਵੀ ਇਹ ਉਹਨਾਂ ਦਾ ਆਪਣਾ ਦਿੱਤਾ ਮਾਣ ਹੈ ਸਾਨੂੰ ਉਹਨਾਂ ਨੇ ਮਾਣ ਦਿੱਤੇ ਅਸੀਂ ਸਮਝਦੇ ਹਾਂ ਵੀ ਹਰ ਗੁਰਸਿੱਖ ਜਿਹੜਾ ਵੀ ਜਿੱਥੇ ਜਿੱਥੇ ਜੋ ਵੀ ਕੁਛ ਕਰ ਰਿਹਾ ਗੁਰੂ ਨੇ ਜਿੰਨੀ ਸਮਰੱਥਾ ਦਿੱਤੀ ਹੈ ਉਹ ਉਸ ਦੇ ਲਈ ਯਤਨ ਕਰ ਰਹੇ ਨੇ ਸੋ ਅਸੀਂ ਵੀ ਉਨਾ ਕੁ ਜਿਵੇਂ ਉਹ ਚਿੜੀ ਜਿਹੜੀ ਹੈ ਚੁੰਝ 'ਚ ਜੋ ਕੁਛ ਆਉਂਦਾ ਲਿਜਾ ਕੇ ਕਰ ਕਰਕੇ ਆਲ੍ਹਣਾ ਬਣਾਉਣ ਵੱਲ ਤੁਰੀ ਹੁੰਦੀ ਹੈ ਔਰ ਅਲਟੀਮੇਟਲੀ ਉਹ ਜਿਹੜਾ ਉਸ ਦਾ ਐਫਰਟ ਹੈ ਉਹ ਆਲ੍ਹਣਾ ਵੀ ਬਣ ਜਾਂਦਾ ਸਮਾਂ ਪਾ ਕੇ ਤੀਲਿਆਂ ਦੇ ਨਾਲ ਜਿਸ ਦੇ ਵਿੱਚ ਗਰਮੀ ਸਰਦੀ ਹੁਨਾਲ ਸਿਆਲ ਉਹ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਮਹਿਫੂਜ਼ ਕਰਦੀ ਹੈ ਸੋ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਆਲ੍ਹਣ ਹੈ ਖਾਲਿਸਤਾਨ ਕੌਮ ਦਾ ਘਰ ਹੈ ਕੌਮ ਦਾ ਆਲ੍ਹਣ ਹੈ ਉਹਦੇ ਲਈ ਜਿਹੜਾ ਵੀ ਜਿੰਨਾ ਜਿੰਨਾ ਯਤਨ ਕਰ ਰਿਹਾ ਉਸ ਨੂੰ ਉਸ ਉਤਸ਼ਾਹ ਦੇ ਨਾਲ ਉਸ ਪਾਸੇ ਲੱਗੇ ਰਹਿਣਾ ਚਾਹੀਦਾ ਉਹਨਾਂ ਦਾ ਸੁਝਾਅ ਬੜਾ ਕ੍ਰੀਏਟਿਵ ਹੈ ਕਿ ਵੀ ਅਸੀਂ ਇਸ ਪਾਸੇ ਦੇ ਲਈ ਜਿਹੜਾ ਹੈ ਉਹ ਭਰਤੀ ਕਰੀਏ 10 100 1000 ਇਵੇਂ ਵੱਧਦਾ ਜਾਏਗਾ ਜੀ
ਇਸ ਦੇ ਉੱਤੇ ਸੋਚ ਰਹੇ ਹਾਂ ਅਸੀਂ ਕਿ ਵੀ ਇਹਨੂੰ ਕਿਵੇਂ ਇੰਪਲੀਮੈਂਟ ਕਰ ਸਕਦੇ ਹਾਂ। ਕਈ ਵਾਰ ਕਈ ਥਾਵਾਂ 'ਤੇ ਇਹ ਦੇਖਣ 'ਚ ਆਉਂਦਾ, ਖਾਸ ਤੌਰ 'ਤੇ ਫਾਈਨੈਂਸ਼ੀਅਲ ਪੱਖ ਤੋਂ ਮੈਂ ਦੇਖਦਾ ਕਿ ਜਿੱਥੇ ਜਿੱਥੇ ਵੀ ਜਿਹੜੇ ਆਲਰੇਡੀ ਪੰਥ ਪ੍ਰਸਤ ਭਾਵਨਾ ਵਾਲੇ ਵੀਰ ਭੈਣਾਂ ਨੇ, ਉਹ ਬਹੁਤ ਸਾਰੀਆਂ ਥਾਵਾਂ ਨਾਲ ਜੁੜੇ ਹੋਏ ਨੇ। ਹੁਣ ਬਹੁਤ ਸਾਰੀਆਂ ਮੈਂ ਦੇਖਦਾ ਕਿ ਵੀ ਆਹ ਮਹੀਨਾ ਦਸੰਬਰ ਦਾ ਚੱਲ ਰਿਹਾ, ਅਤੇ ਘੱਟੋ ਘੱਟ 5-6 ਈਮੇਲਸ ਹੁੰਦੀਆਂ ਡੋਨੇਸ਼ਨ ਦੀਆਂ, ਇਹ ਜਿਹੜੀਆਂ ਇੱਥੋਂ ਦੇ ਬੱਚੇ ਬੱਚੀਆਂ ਦੀਆਂ ਔਰਗਨਾਈਜੇਸ਼ਨਾਂ ਨੇ, ਉਹ ਟੈਕਸ ਡਿਬੇਟ ਦਾ ਵੀ ਕਹਿੰਦੇ ਨੇ, ਉਹਨਾਂ ਨੇ ਹਰ ਇੱਕ ਨੇ ਕੋਈ ਨਾ ਕੋਈ ਜੋ ਕੰਮ ਕੀਤਾ, ਬਾਰ ਬਾਰ ਰੋਜ਼ ਈਮੇਲ ਆ ਰਹੀ ਹੁੰਦੀ ਹੈ ਕਿ ਡੋਨੇਟ, ਇੱਥੇ ਡੋਨੇਟ ਕਰੋ, ਉੱਥੇ ਕਰੋ। ਫਿਰ ਜਿਹੜੇ ਇੱਥੇ ਨੇ, ਬਹੁਤ ਸਾਰਿਆਂ ਦਾ ਪਿੱਛੇ ਨਾਲ ਵੀ ਸੰਬੰਧ ਹੈ, ਆਪਣੇ ਪਿੰਡਾਂ 'ਚ ਕੋਈ ਗੁਰਦੁਆਰਾ, ਕੋਈ ਹਸਪਤਾਲ, ਕੋਈ ਹੋਰ ਕੰਮਾਂ ਦੇ ਵਿੱਚ ਦਿੰਦੇ। ਸੋ ਮੈਂ ਸਮਝਦਾ ਵੀ ਚਲੋ ਅਸੀਂ ਜੇ ਹੁਣ ਤੱਕ ਈਵਨ TV 84 ਦੇ ਹਵਾਲੇ ਨਾਲ ਵੀ ਲਗਭਗ 2 ਸਾਲ ਦਾ ਸਫ਼ਰ ਅਸੀਂ ਤੈਅ ਕੀਤਾ, ਇਸ ਦਸੰਬਰ ਦੇ ਮਹੀਨੇ ਹੁਣ ਸਾਨੂੰ 2 ਸਾਲ ਹੋ ਗਏ ਨੇ, ਅਤੇ ਉਹ ਇਸ ਕਿਸਮ ਦੇ ਵੀਰਾਂ ਭੈਣਾਂ ਦੇ ਸਹਿਯੋਗ ਦਾ ਸਦਕਾ ਹੀ ਹੈ। ਪਰ ਹੁਣ ਕਿਉਂਕਿ ਜਿਉਂ ਜਿਉਂ ਤੁਸੀਂ ਅੱਗੇ ਕੁਛ ਹੋਰ ਕਰਨਾ ਚਾਹੁੰਦੇ ਹੋ, ਔਰ ਉਹਨਾਂ ਨੇ ਆਪਣਾ ਦਾਇਰਾ ਵਸੀਹ ਕਰਦੇ ਹਾਂ, ਰੇਡੀਓ, ਅਖਬਾਰ ਜਿਹਨਾਂ ਨੂੰ ਅਸੀਂ ਗੋਦ ਲੈ ਸਕਦੇ ਹਾਂ, ਉਸ ਦੇ ਲਈ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਕਰੀਏ, ਉਹ ਸਾਡੇ ਨਾਲ ਨੇ, ਅਸੀਂ ਉਹਨਾਂ ਦੇ ਵੀ ਇਸ ਆਫਰ ਦੀ ਸ਼ਲਾਘਾ ਕਰਦੇ ਹਾਂ। ਔਰ ਸਰਟਨਲੀ ਆਉਣ ਵਾਲੇ ਸਮੇਂ 'ਚ ਅਸੀਂ, ਅੱਜ ਕੱਲ੍ਹ ਸਾਡੀਆਂ ਵਿਚਾਰ ਚਰਚਾਵਾਂ ਚੱਲ ਰਹੀਆਂ ਨੇ ਕਿ ਕਿਵੇਂ ਅਸੀਂ ਇਸ ਸਾਰੇ ਨੈੱਟਵਰਕ ਨੂੰ ਅੱਗੇ ਤੋਰਨੇ। ਕੈਨੇਡਾ 'ਚ ਬੈੱਲ ਨੈੱਟਵਰਕ ਦੇ ਹਵਾਲੇ ਨਾਲ ਹਾਂ ਪੱਖੀ ਖਬਰ ਸੁਣਨ ਨੂੰ ਆ ਰਹੀ ਹੈ, ਪਰ ਅਜੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਵੀ ਪੂਰੀ ਨਿਊਜ਼ ਅਸੀਂ ਬ੍ਰੇਕ ਕਰੀਏ। ਇਸੇ ਤਰ੍ਹਾਂ ਦੂਸਰੇ ਗੈਜਟਸ ਦੇ ਉੱਤੇ ਵੀ ਗੱਲਬਾਤ ਚੱਲ ਰਹੀ ਹੈ। ਸੋ ਜਦੋਂ ਸਾਡਾ ਥੋੜ੍ਹਾ ਜਿਹਾ ਇਸ ਪਾਸਿਓਂ ਅਸੀਂ ਸੁਰਖਰੂ ਹੋ ਜਾਂਦੇ ਹਾਂ, ਫਿਰ ਅਸੀਂ ਕੁੱਲ ਮਿਲਾ ਕੇ, ਜਿਵੇਂ ਇਹਨਾਂ ਦਾ ਲਾਸਟ ਮੀਟਿੰਗ ਵੇਲੇ ਵੀ ਇਹਨਾਂ ਦਾ ਸੁਝਾਅ ਸੀ ਕਿ ਕੁੱਲ ਮਿਲਾ ਕੇ ਕਿਵੇਂ ਅਸੀਂ ਕੋਈ ਕਲੈਕਟਿਵ ਬਾਡੀ, ਜਿਹੜੀ ਪੰਥ ਪ੍ਰਸਤ ਔਰ ਜਿਵੇਂ ਗੁਰਮਤਿ ਦੀ ਵਿਚਾਰਧਾਰਾ ਦੇ ਥੱਲੇ ਸਾਡੀ ਧਾਰਮਿਕ, ਰਾਜਸੀ, ਆਰਥਿਕ, ਇਹ ਸਾਰਾ ਦਾਇਰਾਕਾਰ ਹੋਏ। ਸੋ ਇਹਨਾਂ ਦਾ ਸਰ ਕਰਨੈਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ, ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।